रहमान रहीम। अस्सलाम वालेकुम दोस्तों, मैं शोबाद बलोच बलोच ब्लॉग के नाल वाले एक दफा वीडियो शुरू की थी से। मैं साज चंडा असा आज भाई शोबाद को पूछ दे मैं को सडवाए पूछ दे क्या आदे मैं को साजिद भाई असा पहले सर्द ने वेच गर्मी दे वेच अंडे गिंदे हो बड़े महंगे अंडे होने जी। मैं जले वस्ती वेना में ना जी स्कूल पढ़दा में ओले 5 रुपए अंडा होंदा है। अच्छा 10 रुपए होंदा है 15 रुपए होंदा है जी। हूं 2022 लग गए हां हूं एक जात गिनन गया वाके 50 रुपए अंडा है फुल महंगाई था एकड़ी थको पत्ते ते आजकल मन तो लिखना है एक चाइना है जो बीज है बीज कास्ट दिनी भी है अंडे नी कास्ट ओ की मैं यार अंडे दा फसल रहे से बड़ा फायदा है बिजनेस कमे से बहुत फायदा है। अच्छा जी मैं पहले नहीं गए था पे जेरा तू वाला पे अंडे दी कास्ट ते मैं को तो दिखा वा वो फसल मैं तो को फसल दिखाना हूं जो जो दे दे अंडे सीने पर अंडे काफी बेचे भी हैं ਤੇ ਉਹ ਫਸਲ ਤੇ ਬਲੋਕ ਦਿਖਾਉਂਦਾ ਆ ਮੇਰੇ ਨਾਲ ਅਸੇ ਦੋਸਤ ਕੋ ਦਿਖਾਉਂਦੇ ਆ ਅੰਡੇ ਕਿਵੇਂ ਵੇਚਦੇ ਮੈਂ ਕਿ ਇੱਕਦਮ 60 ਰੁਪਏ ਦਾ ਇੱਕ ਹੀ ਵਿਕਦੇ ਤੂੰ ਮੈਂ ਕੋ ਬੜੀ ਬੱਚਾ ਤੇ ਮੈਂ ਬੱਚਾ ਤੂੰ ਮੈਂ ਕੋ ਉਹ ਅੰਡਿਆਂ ਲਾਓ ਦਿਖਾ ਜਰਾ ਤੂੰ ਆਦਾ ਪਿਆ ਫਸਲ ਦਿਖਾਵਾ ਹਾਂ ਫਸਲ ਹਾਂ ਸਾਜੇ ਤੇ ਕੋ ਦਿਖਾਵਾ ਹਾਂ ਯਾਰ ਫਸਲ ਦਿਖਾ ਮੈਂ ਪਹਿਲੀ ਨਹੀਂ ਕਿਤੇ ਦਾ ਪਿਆ ਹਾਂ ਯਾਰ ਇਹ ਸਾਹਮਣੇ ਤਾਂ ਪਏ ਆਲੀ ਦੇਖ ਸਾਜੇ ਤੇ ਟੀਵੀ ਯਾਰ ਤਾਂ ਇਹ ਅੰਡਿਆਂ ਲਈ ਕਾਹੇ ਜਰਾ ਕੋ ਸਾਈ ਮੇ ਜਿਹੜੀ ਇਹ ਚਾਈਨਾ ਵਿੱਚ ਆਈਏ ਇਹ ਹੁਣ ਬੀਜ ਆਏ हर शय बना के दिए हर शय अंडे देने पे ते हुण नवी कास्ट पाकिस्तान दे अंदर भी आ गई है बड़े फायदे हैं इन्दे विच बहुत फायदे हैं ये बिजनेस है एक बहुत बड़ा बिजनेस है ਤੈਨੂੰ ਪਤਾ ਹੈ ਤੂੰ ਮੈਂ ਕੋਈ ਤੱਲੇ ਇਹ ਮੈਂ ਕੋਈ ਇਹ ਦਿਖਾ ਇਹ ਜਿਹੜੀ ਬੂਟੀ ਹੈ ਹੈ ਇਹ ਯਾਰ ਹੁਣ ਇਹ ਅੰਡੇ ਚਾਵਣ ਵਾਲੀ ਦੇਖ ਇਹ ਕੁਕੜ ਚਾਵਣ ਵਾਲੀ ਜੇ ਚਾਵਣ ਵਾਲੀ ਯਾਰ ਕੁਕੜ ਨਾ ਚਾ ਕੁਕੜ ਪਹਿਲੇ ਕੁਕੜੇ ਜਾਂ ਪਹਿਲੇ ਅੰਡੇ ਮਹਿੰਗੇ ਹੁੰਦੇ ਤੱਕ ਪੱਤੇ ਅੱਜ ਕੱਲ ਪਹਿਲੇ ਸਸਤੇ ਹੁੰਦੇ ਸੌਰੀ ਪਹਿਲੇ ਸਸਤੇ ਹੁੰਦੇ ਹੁਣ ਮਹਿੰਗੇ ਠੀਕ ਨਹੀਂ ਵਜ੍ਹਾ ਕਿਨੇ ਹੁਣ ਕਾਸ਼ਟ ਆ ਕੇ ਤੁਸਾਂ ਸਰਦੀ ਦੇ ਵਿੱਚ ਗਰਮੀ ਦੇ ਵਿੱਚ ਤੇ ਕੋ ਟੈਨਸ਼ਨ ਨਹੀਂ ਸੀ ਟੈਨਸ਼ਨ ਕਿਆ ਨਾ ਤੇ ਸੀ ਯਾਰ ਹੁਣ ਕਾਸ਼ਟ ਆ ਕੇ ਦੇਖ ਕਿਤਨਾ ਦੇਖ ਕਿਹਨੇ ਫਸਲ ਆਦੀ ਪਾਏ ਫਸਲ ਦੇ ਵਿੱਚ ਬਹੁਤ ਸਾਰਾ ਤਕੂ ਜਿਤਨਾ ਅੰਡੇ ਤੋਂ ਪੱਟੇ ਸ਼ਾਮ ਕੋ ਅੰਡਾ ਖਾਵੇ ਅੰਡੇ ਦਾ ਬੜਾ ਫਾਇਦਾ ਹੈ ਬਹੁਤ ਫਾਇਦਾ ਹੈ ਤੇ ਕੋ ਪੱਤੇ ਇੱਕ ਬੰਦਾ ਮੈਂ ਮਿਸਾਲ ਦਿੱਤੀ ਹੈ ਉਹ ਕਿਹੜੀ ਉਹ ਹੈ ਕਿ ਇੱਕ ਬੰਦੇ ਦੀ ਮੰਝ ਨਾ ਵੀ ਆਂਦੀ ਆਈ ਹਾਂ ਮੰਝ ਨਾ ਵੀ ਆਂਦੀ ਆਈ ਉਹ ਹੈ ਕਿ ਯਾਰ ਇਹ ਉਹ ਕੋ ਸਾਧਿਆ ਨਵਾ ਕੇ ਕੱਟੀ ਦੇਸੀ ਜਾਂ ਕਟਾ ਦੇਸੀ ਹਾਂ ਉਹ ਬੰਦਾ ਇਹ ਜਾਂ ਸਿਆਣਾ ਹੈ ਉਹ ਹੈ ਕਿ ਯਾਰ ਇਹ ਜਾਂ ਕੱਟੀ ਦੇਸੀ ਜਾਂ ਕਟਾ ਦੇਸੀ ਹਾਂ ਉਹ ਜੰਮ ਪੈ ਕਟਾ ਹਾਂ ਅੱਗੋ ਵਾਲਾ ਅੱਗੋ ਹੀ ਸਿਆਣਾ ਖੜਾ ਹੋਇਆ ਕਿ ਤਾ ਆਖੇ ਨਾ ਕਟਾ ਜੰਮੇ ਆਇਓ ਇੱਕ ਨੇ ਇੱਕ ਸ਼ਾ ਜੰਮਣੀ ਤਾਂ ਹੈ ਇਹ ਕੁੱਕੜ ਅੰਡਾ ਦੇਵਣੀ ਇਹ ਅੰਡਾ ਹੀ ਤਾਂ ਕਿਵੇਂ ਨਿਕਲਣੇ ਤੇਰਾ ਹਾਲ ਤਾਂ ਉਹ ਮਾਂ ਜਾ ਰਿਹਾ ਖੜੇ ਯਾਰ ਇਹ ਅੱਜ ਕੱਲ ਕਾਸ਼ਟ ਆ ਗਿਆ ਤੂੰ ਸਮਝਦਾ ਨਾ ਤੇ ਚਾਈਨਾ ਚ ਬੀਜ ਆਏ ਚਾਈਨਾ ਚ ਬੀਜ ਆਏ ਹੁਣ ਇਹ ਫਸਲ ਤਿੰਨ ਬਣੀ ਤਾਂ ਇਹ ਹੁਣ ਨਹੀਂ ਮੈਂ ਸਮਝ ਇਹ ਜਿਹੜਾ ਚਾਈਨਾ ਵਿੱਚ ਬੀਜ ਆਏ ਇਹ ਹੁਣ ਫੁੱਲ ਫੁੱਲ ਚੰਨੀ ਪੀ ਹੁਣ ਅੰਡੇ ਚੈਸੀ ਹੈ ਅੱਛਾ ਅੰਡੇ ਚੈਸੀ ਹਾਂ ਮੈਂ ਦੇਖਿਆ ਲੈ ਅੱਜ ਕੱਲ ਬਸ ਜਿਵੇਂ ਤੂੰ ਚਾਹਨਾ ਦਾ ਆਦਾ ਨਾ ਜੀ ਆ ਇਹ ਆਵਾਮ ਕੁਸ ਦੱਸੇ ਨੇ ਪੈ ਆਵਾਮ ਆਪੇ ਫੈਸਲਾ ਕਰਿਆ ਸੀ ਅੱਜ ਕੱਲ ਜਰਾ ਬੀਜ ਆ ਗਏ ਅੱਗੇ ਕੁਕਣੀ ਦੇਂਦੀ ਆਈ ਹੁਣ ਚਾਹਨਾ ਦਾ ਮਾਲ ਆ ਗਿਆ ਹੁਣ ਇਹ ਜੀ ਜੀ ਹੁਣ ਚਾਹਨਾ ਦੇ ਅੰਡੇ ਆ ਗਏ ਕਿ ਫਸਲ ਥੀ ਨਹੀਂ ਪਿਆ ਨਾ ਫਸਲ ਦੇ ਵਿੱਚ ਜਿਵੇਂ ਇੱਕ ਬੰਦਾ ਰਾਧੀ ਮੈਨੇ ਕੱਦੂ ਰਾਧੀ ਮੈਨੇ ਜੇ ਬੈਂਗਣ ਰਹਾ ਗਿੰਦੇ ਕਿਸੇ ਆਲੂ ਰਹਾ ਗਿੰਦੇ ਉਹਦੇ ਵਿੱਚ ਤੁਸੀਂ ਹੁਣ ਅੰਡੇ ਦੇ ਬੀਜ ਆ ਕੇ ਕਾਸ਼ਤ ਕਰ ਸਕਦੇ ਹੋ ਬਿਜ਼ਨਸ ਕਰ ਸਕਦੇ ਹੋ ਬੜਾ ਫਾਇਦਾ ਥੀਂਦੇ ਇਹਦੇ ਵਿੱਚ ਅੰਡੇ ਤਰੋੜ ਕੇ ਵੇਚ ਸਕਦੇ ਹੋ ਮਾਨੀ ਕਿ ਦਰਜਨ ਦੇ ਦਰਜਨ ਜਿਵੇਂ ਮੁਰਗੀ ਦੇ ਵਿੱਚ ਅੰਡੇ ਗਿੰਦੇ ਹੋ ਮੁਰਗੀ ਅੰਡੇ ਲੈਂਦੀ ਤੁਸੀਂ ਸਮਝਦਾ ਪਈ ਮੁਰਗੀ ਅੰਡੇ ਦੇਸੀ ਮੁਰਗੀ ਵੀ ਅੰਡੇ ਦਿੰਦੇ ਨੇ ਅੱਜ ਕੱਲ੍ਹ ਤੇ ਕੋਈ ਸਮੇਂ ਇਹੋ ਜਦੀਦ ਦੌਰ ਆ ਗਏ 2022 ਲੱਗੇ ਖੜੇ ਭਾਈ ਜਾਨ ਤੁਸਾਂ ਹੁਣ ਡਿੱਠੀ ਬੈਠੇ ਹੋ ਸੋ ਇਹ ਹੁਣ ਜਿਹੜਾ ਚਾਹਨਾ ਦਾ ਜਿਹੜਾ ਇਹ ਬੀਜ ਆ ਗਏ ਅਸਾਂ ਭਾਈ ਸ਼ਬਾਜ਼ ਕੋਲ ਪਹਿਲੀ ਨਹੀਂ ਗੀ ਦੇਦੇ ਪਏ ਉਹ ਆ ਕਿ ਇਹ ਜਿਹੜਾ ਬੀਜ ਹੈ ਅੰਡੇ ਦਿੰਦੇ ਲੇਕਿਨ ਅੰਡੇ ਕੁੱਕੜ ਦਿੰਦੀ ਹੈ ਇਹ ਦੇ ਬੀਜ ਅੰਡੇ ਦਿੰਦੇ ਮੈਂ ਠੀਕ ਹੈ ਦੇ ਦਾਂ 10-12-15 ਜਣੇ ਬਾਅਦ ਫੁੱਲ ਚਾਹੀ ਖੜਨ ਦੇ ਦੇ ਅੰਡਾ ਦੇ ਦੇ ਨਹੀਂ ਦੇ ਦੇ चलो चोरी।